ਉਧਰ ਵਿਧਾਨ ਸਭਾ ਹਲਕਾ ਅਮਲੋ ਤੋਂ ਭਾਜਪਾ ਗੱਠ ਜੋੜ ਦੇ ਸੰਜੇ ਉਮੀਦਵਾਰ ਨੇ ਕੰਬਰਵੀਰ ਸਿੰਘ ਟੋਹੜਾ ਇਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਪਦਮ ਯੂਵਾ ਮੋਰਚਾ ਮੰਡਲ ਦੇ ਪ੍ਰਧਾਨ ਹਨੀਸ਼ ਬੱਤਰਾ ਤੇ ਨਰਾਇਣ ਦਾਸ ਮਨੋਜ ਗੋਪਾਲ ਬੰਸਲ ਇੱਥੇ ਮੌਜੂਦ ਰਹੇ ਰੈਲੀ ਨੂੰ ਸੰਬੋਧਿਤ ਕਰਦਿਆਂ ਹੋਇਆਂ ਇਹਨਾਂ ਆਗੂਆਂ ਨੇ ਲੋਕਾਂ ਨੂੰ ਇਸ ਵਾਰ ਭਾਜਪਾ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ